ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ। ਪੂਰਾ ਪੰਜਾਬ ਤੇ ਕੁੱਲ ਹਰਿਆਣਾ ਚੜਿਆ ਤੂਫਾਨ, ਮੋਦੀ ਝੱਲਿਆ ਨਹੀਂ ਜਾਣਾ। ਬੁੱਢੜੇ ਗੱਭਰੂ ਕੁੱਛੜੇ ਨਿਆਣੇ ਸਭ ਸੂਬੇ ਤੇਰੀ ਆ ਗਈ ਮਕਾਣੇ। ਮੋਦੀ ਤੇਰੀ ਲੈ ਜਵੇ ਡੰਡ, ਮੋਦੀ ਤੇਰੀ ਲੈ ਜਵੇ ਡੰਡ। ਦਿੱਲੀ ਦੇ ਰਾਹ ਸਾਰੇ ਬੰਦ, ਪੁੱਤਰਾ ਤੂੰ ਸਾਡੇ ਹੱਥ ਨਹੀਂ ਆਉਂਦਾ। ਸੜਕਾਂ ਦੇ ਫਰੀਏ ਰਕਸ਼ੇ ਚਲਾਉਂਦਾ, ਨਿੱਤ ਚੜਾਉਣਾ ਵੱਖਰੇ ਚੰਦ। ਪਹਿਲਾਂ ਤੂੰ ਨੋਟ ਕਰ ਦਿੱਤੇ ਬੰਦ, ਨਾ ਕਰ ਪੈਸਾ ਦਾ ਪੱਤੀ ਦਾ ਖੰਦ। ਮੋਦੀ ਤੇਰੀ ਲੈ ਜੇ ਡੰਡ, ਮੋਦੀ ਤੇਰੀ ਲੈ ਜੇ ਡੰਡ, ਮੋਦੀ ਤੇਰੀ ਲੈ ਜੇ ਡੰਡ। ਕਿਆ ਬਾਤ, ਮੋਦੀ ਤੇਰੀ ਲੈ ਜੇ ਡੰਡ ਜੀ। ਇਹ ਵੀਰ ਜੀ ਜਿਹੜਾ ਮੋਦੀ ਨੇ ਉਦਯੋਗਪਤੀ ਡਿਆ ਨਾ ਕੰਮ ਕਰਾਉਣਾ, ਇਹ ਸਾਰੇ ਉਦਯੋਗਪਤੀ ਜਿਹੜੀ ਪੂੰਜੀ ਆ ਨਾ ਇਹਨੂੰ ਬੰਦ ਕਰਨਾ ਆਪਾਂ, ਇਹਨੂੰ ਬੰਦ ਕਰਕੇ ਜਿਹੜੀ ਖੇਤੀ ਆ ਨਾ ਕਿਸਾਨ ਖੇਤੀ ਇਹ ਨੀ ਇਹ ਚੱਲੂਗੀ, ਇਹਨੂੰ ਨੀ ਕੋਈ ਬੰਦ ਕਰ ਸਕਦਾ। ਖੇਤੀ ਨਾ ਸਾਰੇ ਕੰਮ ਚੱਲਦੇ ਤੇ ਖੇਤੀ ਤੋਂ ਸਾਰਾ ਸਿਸਟਮ ਚੱਲਦਾ। ਜੇ ਖੇਤੀ ਮੋਦੀ ਆਉਂਦਾ ਨਾ ਮੈਂ ਬੰਦ ਕਰਾ ਦਾਂ, ਸਾਰਾ ਕਾਰੋਬਾਰ ਸਾਰੇ ਸਿਸਟਮ ਬੰਦ ਹੁੰਦੇ ਆ, ਇਹ ਮਜ਼ਦੂਰ ਸਾਰਾ ਕਾਰੋਬਾਰ ਸਿਸਟਮ ਜਿਹੜੇ ਸਾਰੇ ਬੰਦ ਹੋ ਜਾਂਦੇ ਆ ਜੀ। ਇਸ ਕਰਕੇ ਇਹ ਕਾਨੂੰਨ ਮੋਦੀ ਨੇ ਨਾ ਬਦਲੇ, ਇਹ ਕਾਨੂੰਨ ਮੋਦੀ ਨੇ ਜੇ ਨਾ ਬਦਲੇ, ਕਾਨੂੰਨ ਮੋਦੀ ਨਾ ਮੰਨਿਆ, ਇਹ ਸਰਕਾਰ ਬਦਲੀ ਜਾਊਗੀ। ਕਾਨੂੰਨ ਰੱਦ ਕਰਾਉਣ ਤੱਕ ਇਹ ਸਰਕਾਰ ਬਦਲ ਕੇ ਕਾਨੂੰਨ ਰੱਦ ਕਰਵਾ ਕੇ ਹਟਾਂਗੇ। ਇਹ ਜਿਹੜਾ ਕਿਸਾਨੀ ਅੰਦੋਲਨ ਆ ਨਾ ਇਹ ਇਤਨਾ ਏਦਾਂ ਸੰਘਰਸ਼ ਜਾਰੀ ਰਹੂਗਾ, ਇਹ ਕਦੀ ਬੰਦ ਨਹੀਂ ਹੋਊਗਾ ਜਿੰਨਾ ਚਿਰ ਇਹ ਕਾਨੂੰਨ ਰੱਦ ਨਹੀਂ ਹੁੰਦੇ। ਜੇ ਮੋਦੀ ਨਾ ਮੰਨਿਆ, ਕਾਨੂੰਨ ਰੱਦ ਨਾ ਕੀਤੇ, ਇਹ ਕਾਨੂੰਨ ਰੱਦ ਨਾ ਕੀਤੇ ਇੱਕ ਸਰਕਾਰ ਬਦਲ ਦਿਆਂਗੇ। ਸਰਕਾਰ ਬਦਲ ਕੇ ਕਾਨੂੰਨ ਰੱਦ ਕਰਾ ਕੇ ਫਿਰ ਹਟਾਂਗੇ, ਇਹ ਕੰਮ ਜਾਰੀ ਰਹੂਗਾ। ਇਸ ਕਰਕੇ ਇਹ ਜਿਹੜਾ ਅੰਦੋਲਨ ਇਤਨਾ ਜਾਰੀ ਰਹੂਗਾ। ਇਹ ਉਦਯੋਗਪਤੀਆਂ ਦਾ ਜਿਹੜਾ ਕੰਮ ਹੈ ਉਹ ਡਾਨੀ ਬਾਨੀ ਦਾ ਕਾਰੋਬਾਰ ਬੰਦ ਕਰਾ ਕੇ ਛੱਡਾਂਗੇ। ਇਸ ਕਰਕੇ ਇਹ ਡਾਨੀ ਬਾਨੀ ਦਾ ਸਾਰਾ ਕਾਰੋਬਾਰ ਬੰਦ ਹੋਊਗਾ। ਇੱਥੇ ਕੋਈ ਮੋਦੀ ਮੋਦੀ ਦਾ ਕੰਮ ਨਹੀਂ ਚੱਲਣਾ। ਜਿਹੜੇ ਇਹਨੇ ਉਹਨਾਂ ਕੋਲ ਜਹਾਜ਼ ਦੇ ਲੱਖ ਲੱਖ ਰੁਪਈਏ ਵਾਲੇ ਸੂਟ ਪਾਉਂਦਾ ਨਾ, ਇਹ ਸਾਰੇ ਇਹਦੇ ਬੰਦ ਕਰਾਉਣੇ। ਇਹਨੂੰ ਤਾਂ ਕਿਹਾ ਵਾ ਕਿਸਾਨਾਂ ਨੇ ਜੋ ਵੀ ਚਾਹੀਦਾ ਤੈਨੂੰ ਸਾਡੇ ਕੋਲੋਂ ਲੈ, ਤੂੰ ਇਹਨਾਂ ਕੋਲ ਉਦਯੋਗਪਤੀਆਂ ਕੋਲ ਲੈ ਕੇ ਤੇ ਤੂੰ ਕਿਸਾਨੀ ਬੰਦ ਕਰਾਉਣੀ ਚਾਹੁੰਦਾ ਵਾ। ਇਹ ਕੰਮ ਅਸੀਂ ਨਹੀਂ ਚੱਲਣਾ ਦੇਣਾ। ਇਹ ਜਿੰਨਾ ਚਿਰ ਵੀ ਕਾਨੂੰਨ ਰੱਦ ਨਹੀਂ ਕਰਦਾ ਇਹ ਸੰਘਰਸ਼ ਇਤਨਾ ਜਾਰੀ ਰਹਿਣਗੇ, ਇਹ ਜੰਗੀ ਪੱਧਰ ਤੇ ਰਹਿਣਗੇ। ਇਸ ਕਰਕੇ ਇਹ ਪ੍ਰਧਾਨ ਮੰਤਰੀ ਨੇ ਆਪਣਾ ਘਰ ਨਹੀਂ ਚਲਾ ਸਕਿਆ, ਆਪਣਾ ਵਿਆਹ ਨਹੀਂ ਕਰਾ ਸਕਿਆ, ਇਹਨੇ ਦੇਸ਼ ਨੂੰ ਕੀ ਚਲਾਉਣਾ? ਇਹ ਅਸੀਂ ਗਲਤ ਬੰਦੇ ਦੇ ਹੱਥ 'ਚ ਦੇਸ਼ ਫੜਾ ਬੈਠੇ ਹਾਂ। ਇਸ ਕਰਕੇ ਇਹਨੂੰ ਕਿਸਾਨਾਂ ਨੇ ਬਣਾਇਆ, ਕਿਸਾਨਾਂ ਨੇ ਜਿਤਾਇਆ। ਇਹਨੂੰ ਅੱਜ ਵੀ ਕਹਿੰਦੇ ਤੂੰ ਕਾਨੂੰਨ ਰੱਦ ਕਰ ਦੇ, ਸਾਡੇ ਨਾਲ ਅੰਦੋਲਨ ਦੇ ਵਿੱਚ ਚੱਲ, ਉੱਥੇ ਜਾ ਕੇ ਤੂੰ ਉਹਨਾਂ ਨਾ ਮੇਰੇ ਮੋਦੀ ਕਹਿੰਦਾ ਵੀ ਮੇਰੇ ਇਹ ਬਰਖਲਾ ਬੰਦਾਰੇ ਲਾਉਂਦੇ ਆ, ਮੋਦੀ ਦੇ ਹੱਕ 'ਚ ਨਾਰੇ ਲੱਗਣਗੇ ਜੇ ਮੋਦੀ ਅੱਜ ਕਾਨੂੰਨ ਰੱਦ ਕਰਦਾ ਦੇ। ਮੋਦੀ ਦੀ ਉੱਥੇ ਵੇਲੇ ਜੈ ਜੈਕਾਰ ਹੋ ਜੂਗੀ ਮੋਦੀ ਜੀ ਜੇ ਕਾਨੂੰਨ ਅੱਜ ਰੱਦ ਕਰਦਾ ਦੇ। ਜੇ ਮੋਦੀ ਕਾਨੂੰਨ ਰੱਦ ਨਹੀਂ ਕਰਦਾ ਤੇ ਮੋਦੀ ਦੀ ਸਰਕਾਰ ਭੰਗ ਹੋ ਜੂਗੀ। ਇਹ ਆਉਣ ਵਾਲੇ ਸਮੇਂ 'ਚ ਕੋਈ ਸਰਕਾਰ ਨਹੀਂ ਮੋਦੀ ਦੀ ਚੱਲੂਗੀ, ਨਵੀਂ ਸਰਕਾਰ ਬਣੂਗੀ, ਕਾਨੂੰਨ ਰੱਦ ਹੋਣਗੇ। ਕਾਨੂੰਨ ਰੱਦ ਹੋਣ ਤੱਕ ਇਹ ਕਾਨੂੰਨ ਇਤਨਾ ਕੰਮ ਜਾਰੀ ਰਹੂਗਾ। ਇਹ ਵੀਰ ਜੀ ਜਿਹੜੇ ਸਾਡੇ ਕਿਸਾਨ ਇਹਨਾਂ ਨੇ ਗੁੰਮ ਕਰਤੇ ਆ, ਇੰਨੇ ਕਿਸਾਨ ਇਹਨਾਂ ਸਾਡੇ ਗਵਾ ਦਿੱਤੇ ਆ, ਇੱਥੇ ਇਹਨਾਂ ਨੇ ਕੁਝ ਨਹੀਂ ਦੱਸਿਆ ਇਹਨਾਂ ਨੇ ਅੱਜ ਤੱਕ ਸਾਡੇ ਕਿਸਾਨ ਕਿੰਨੇ ਗੁੰਮ ਹੋ ਗਏ ਆ। ਬੇਗਿਣਤ ਕਿਸਾਨ ਇਹਨਾਂ ਨੇ ਗੁੰਮ ਕਰ ਦਿੱਤੇ ਆ, ਕਿਸਾਨ ਇਹਨਾਂ ਨੇ ਬਿਲਕੁਲ ਇਹਨਾਂ ਨੇ ਸਾਡੀ ਕਰੋੜਾਂਪਤੀ ਇਹਨਾਂ ਨੇ ਜਿਹੜੀ ਸਾਡੀ ਚੀਜ਼ਾਂ ਜ਼ਬਤ ਕਰ ਦਿੱਤੀਆਂ ਵਾ, ਕੋਈ ਨਹੀਂ ਇਹ ਪਤਾ ਲੱਗਣ ਦੇ ਅੰਡੇ ਵੀ ਇਹਨਾਂ ਨੇ ਮੰਗ ਰੱਖੋਗੇ ਤੁਸੀਂ। ਇਹ ਮੰਗ ਰੱਖਣ ਸਾਡੇ ਜਿੰਨੇ ਵੀ ਕਿਸਾਨ ਇਹਨਾਂ ਦਾ ਪਤਾ ਲੱਗਣਾ ਚਾਹੀਦਾ ਵਾ, ਜਿਹੜੇ ਕਿਸਾਨ ਆ ਸਾਨੂੰ ਇਹਨਾਂ ਦੀ ਪੂਰੀ ਤਰੀਕੇ ਨਾਲ ਦੱਸਣ ਤੇ ਸਾਰੇ ਕਿਸਾਨਾਂ ਦੇ ਪਰਚੇ ਰੱਦ ਕਰਨ, ਉਹਨਾਂ ਨੂੰ ਛੱਡਣ। ਨਹੀਂ ਤੇ ਇਹ ਜੇ ਕੰਮ ਜੇ ਕਿਸਾਨ ਇਹਨਾਂ ਨਾ ਛੱਡੇ, ਇਹਨਾਂ ਨੇ ਕਿਸਾਨਾਂ ਦੇ ਇਤਨਾ ਜੁਰਮ ਰੱਖਿਆ ਤੇ ਫਿਰ ਸਾਡਾ ਅੰਦੋਲਨ ਉਤਨਾ ਜਾਰੀ ਰਹੂਗਾ। ਇਹ ਕੋਈ ਵੀ ਕਾਰੋਬਾਰ ਨਹੀਂ ਚੱਲਣ ਦਊਗਾ, ਇਹ ਸਾਰੇ ਟੋਲ ਪਲਾਜ਼ੇ ਸੜਕਾਂ ਸਭ ਰੂਟ ਜਾਮ ਬੰਦ ਰਹਿਣਗੇ, ਉਹਨਾਂ ਚਿਰ ਕੋਈ ਵੀ ਰੇਲ ਗੱਡੀਆਂ ਟ੍ਰੇਨਾਂ ਕੁਛ ਨਹੀਂ ਚੱਲਣਾ ਜਿੰਨੇ ਚਿਰ ਇਹ ਮੋਦੀ ਨਹੀਂ ਮੰਨਦਾ। ਇਹ ਜਿਹੜਾ ਵੀਰ ਜੀ ਜਿਹੜਾ ਇਹਨਾਂ ਨੇ ਇੱਕ ਸਾਡਾ ਕਿਸਾਨ ਸ਼ਹੀਦ ਹੋਇਆ ਵਾ, ਵਕੀਲਾਂ ਨੇ ਅੱਗੇ ਆਣ ਕੇ ਕਿਹਾ ਵਾ ਵੀ ਇਹ ਜਿਹੜੇ ਆ ਆਪਾਂ ਇਹਨਾਂ ਦਾ ਸਾਰੀ ਪੁਣ ਛਣ ਕਰਕੇ ਇਹਨੂੰ ਕਰਾਂਗੇ। ਉਹ ਵਕੀਲ ਸਾਨੂੰ ਦੱਸਣ ਵੀ ਕਿੱਥੇ ਆਉਣ ਉਹ ਵਕੀਲ, ਉਹ ਕਿਉਂ ਨਹੀਂ ਪੁਣ ਛਣ ਕਰਦੇ ਹੁਣ, ਕਿਉਂ ਨਹੀਂ ਉਹ ਪਰਚੇ ਕਰਦੇ, ਕਿਉਂ ਨਹੀਂ ਉਹ ਕਿਸਾਨ ਦਾ ਪਤਾ ਲਾਉਣ ਦੇ। ਇਸ ਕਰਕੇ ਉਹਨਾਂ ਵਕੀਲਾਂ ਨੂੰ ਅੱਗੇ ਆ ਕੇ ਉਹਦਾ ਕਿਸਾਨ ਦਾ ਪਤਾ ਲਾਉਣਾ ਚਾਹੀਦਾ ਵਾ। ਇਸ ਕਰਕੇ ਉਹ ਜਿਹੜੀ ਉਹਨੇ ਸ਼ਹੀਦੀ ਹੋਈ ਆ ਜਾਂ ਕੁਛ ਵੀ ਆ, ਉਹਨਾਂ ਦੇ ਪਰਚੇ ਹੋਣੇ ਚਾਹੀਦੇ ਆ। ਇਹ ਸਾਡੀਆਂ ਜਿਹੜੀਆਂ ਮੰਗਾਂ ਪੂਰੀਆਂ ਹੋਣੀਆਂ ਚਾਹੀਦੀਆਂ ਵਾ।